ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਲਰਨਿੰਗ ਕਰਵ ਤੇ ਮੈਂ ਗੁਰਪਾਲ ਬੇਰੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ। ਅੱਜ ਆਪਾਂ ਇੱਕ ਨਵੀਂ ਸੀਰੀਜ਼ ਪੰਜਾਬੀ ਵਿਆਕਰਨ ਸ਼ੁਰੂ ਕਰਨ ਜਾ ਰਹੇ ਹਾਂ, ਜਿਹੜੀ ਕਿ ਪੰਜਾਬ ਦੇ ਤਕਰੀਬਨ ਹਰ ਇੱਕ ਪੇਪਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਜਿਸ ਤਰ੍ਹਾਂ ਹੁਣ ATD ਦਾ ਪੇਪਰ ਆ ਰਿਹਾ ਹੈ ਉਹਦੇ ਲਈ, ਔਰ ਜਿਸ ਤਰ੍ਹਾਂ ਮਾਰਕਫੈਡ ਦਾ ਪੇਪਰ ਹੋਇਆ ਸੀ ਪਿਛਲੇ ਸਾਲ, ਉਹਦੇ 'ਚ ਵੀ 25 ਨੰਬਰ ਦੀ ਆਈ ਸੀਗੀ, ATT 'ਚ 15 ਨੰਬਰ ਦੀ ਆਉਂਦੀ ਆ, ਔਰ ਤਕਰੀਬਨ ਹਰ ਇੱਕ ਪੇਪਰ ਦੇ ਵਿੱਚ 5 ਤੋਂ ਲੈ ਕੇ 15-20 ਨੰਬਰ ਤੱਕ ਆਪਾਂ ਨੂੰ ਪੰਜਾਬੀ ਆਉਂਦੀ ਆ। ਔਰ PCS ਪ੍ਰੀ ਦੇ ਵਿੱਚ ਵੀ ਆਪਾਂ ਨੂੰ CSET ਅਗਰ ਆਪਾਂ ਕਲੀਅਰ ਕਰਨਾ, ਅਗਰ ਆਪਾਂ ਕੱਟ ਆਫ ਪਾਰ ਕਰਨੀ ਆ, ਤਾਂ ਉਹਦੇ 'ਚ ਆਪਣਾ ਪੰਜਾਬੀ ਬਹੁਤ ਹੀ ਮੇਜਰ ਰੋਲ ਰੱਖਦੀ ਆ। ਕਿਹੜੇ ਕਿਹੜੇ ਪੇਪਰਾਂ 'ਚ ਆਉਂਦੀ ਆ ਪਹਿਲਾਂ ਆਪਾਂ ਇਹ ਦੇਖ ਲੈਂਦੇ ਹਾਂ। ATT, PSTET, ਪੰਜਾਬ ਗੌਰਮੈਂਟ ਦੇ ਅਦਰ ਇਗਜ਼ਾਮ, PCS, CSET, ਇਹ 4 ਤਾਂ ਮੇਜਰ ਪੇਪਰ ਆ ਜਿਨ੍ਹਾਂ ਦੇ ਵਿੱਚ ਆਉਣੀ ਆਉਣੀ ਆ। ਔਰ ਇਸ ਤੋਂ ਇਲਾਵਾ ਜਿਹੜੇ ਵੀ ਸਟੂਡੈਂਟ ਜਿਸ ਤਰ੍ਹਾਂ 10ਵੀਂ ਦੇ ਵਿੱਚ ਨੇ ਜਾਂ 12ਵੀਂ ਦੇ ਵਿੱਚ ਨੇ, ਔਰ ਈਵਨ ਛੋਟੀਆਂ ਕਲਾਸਾਂ ਦੇ ਵਿੱਚ ਵੀ ਨੇ, ਜਿਹੜੀਆਂ ਕਲਾਸਾਂ ਦੇ ਵਿੱਚ ਵਿਆਕਰਨ ਪੜ੍ਹਾਈ ਜਾਂਦੀ ਆ, ਉਹ ਵੀ ਇਸ ਸੀਰੀਜ਼ ਦਾ ਫਾਇਦਾ ਚੱਕ ਸਕਦੇ ਨੇ। ਹੁਣ ਜਿਸ ਤਰ੍ਹਾਂ ਆਪਾਂ ਪੰਜਾਬੀ ਭਾਸ਼ਾ ਬਾਰੇ ਪੜ੍ਹਨਾ, ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਭਾਸ਼ਾ ਕੀ ਹੈ। ਭਾਸ਼ਾ ਉਹ ਸਾਧਨ ਹੈ ਜਿਹਦੇ ਰਾਹੀਂ ਆਪਾਂ ਆਪਣੇ ਵਿਚਾਰ, ਆਪਣੀਆਂ ਭਾਵਨਾਵਾਂ ਦੂਸਰੇ ਵਿਅਕਤੀਆਂ ਨਾਲ ਸਾਂਝੀਆਂ ਕਰਦੇ ਹਾਂ। ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ, ਲਿਖਤੀ ਅਤੇ ਮੌਖਿਕ। ਪਹਿਲਾਂ ਆਪਾਂ ਭਾਸ਼ਾ ਦੀ ਪਰਿਭਾਸ਼ਾ ਲਿਖਦੇ ਹਾਂ। ਠੀਕ ਹੈ ਜੀ, ਇਹ ਹੋ ਗਈ ਭਾਸ਼ਾ ਦੀ ਪਰਿਭਾਸ਼ਾ। ਹੁਣ ਆਪਾਂ ਦੇਖਦੇ ਹਾਂ ਭਾਸ਼ਾ ਦੋ ਤਰ੍ਹਾਂ ਦੀ ਹੁੰਦੀ ਹੈ ਆਪਣੇ ਕੋਲ। ਲਿਖਤੀ ਅਤੇ ਮੌਖਿਕ। ਮੌਖਿਕ ਹੈ ਜਿਹੜੀ ਆਪਾਂ ਬੋਲ ਕੇ ਆਪਣੇ ਵਿਚਾਰ ਜਾਂ ਭਾਵਨਾਵਾਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਾਂ, ਅਤੇ ਲਿਖਤੀ ਹੈ ਜਿਹੜੀਆਂ ਆਪਾਂ ਲਿਖ ਕੇ ਆਪਣੀਆਂ ਭਾਵਨਾਵਾਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਾਂ। ਜਿਹੜਾ ਲਿਖਤੀ ਰੂਪ ਹੈ ਇਹ ਸਥਾਈ ਹੈ। ਸਥਾਈ ਇਨ ਦਾ ਸੈਂਸ ਇਹ ਚੇਂਜ ਨਹੀਂ ਹੁੰਦੀ। ਔਰ ਜਿਹੜੀ ਮੌਖਿਕ ਹੈ ਉਹ ਅਸਥਾਈ ਹੈ। ਅਸਥਾਈ ਦਾ ਮਤਲਬ ਜਿਵੇਂ ਆਪਾਂ ਮੰਨ ਲਓ ਹੁਣ ਫਿਰੋਜ਼ਪੁਰ ਤੋਂ ਆਪਾਂ ਅੰਮ੍ਰਿਤਸਰ ਵੱਲ ਮੂਵ ਕਰਦੇ ਹਾਂ ਅਤੇ ਲੈਂਗੁਏਜ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਆਉਂਦਾ ਹੈ। ਜਿਸ ਤਰ੍ਹਾਂ ਆਪਾਂ ਫਿਰੋਜ਼ਪੁਰ ਤੋਂ ਜਿਸ ਤਰ੍ਹਾਂ ਮੋਹਾਲੀ ਵੱਲ ਮੂਵ ਕਰ ਰਹੇ ਹਾਂ ਅਤੇ ਉੱਧਰ ਡਾਇਲੈਕਟ 'ਚ ਚੇਂਜ ਆ ਜਾਏਗਾ, ਲੈਂਗੁਏਜ ਦੇ ਵਿੱਚ ਚੇਂਜ ਆ ਜਾਏਗਾ। ਇਸ ਤਰ੍ਹਾਂ ਜਿਹੜੀ ਮੌਖਿਕ ਭਾਸ਼ਾ ਉਹ ਬਦਲਦੀ ਰਹਿੰਦੀ ਹੈ, ਪਰ ਜਿਹੜੀ ਲਿਖਤੀ ਹੈ ਉਹ ਬਿਲਕੁਲ ਸਟੇਬਲ ਰਹਿੰਦੀ ਹੈ, ਸਥਾਈ ਰਹਿੰਦੀ ਹੈ। ਹੁਣ ਆਪਾਂ ਪੰਜਾਬੀ ਭਾਸ਼ਾ ਬਾਰੇ ਪੜ੍ਹਨਾ। ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਪੰਜਾਬੀ ਭਾਸ਼ਾ ਹੋਂਦ 'ਚ ਕਿਵੇਂ ਆਈ, ਪੰਜਾਬੀ ਭਾਸ਼ਾ ਦਾ ਓਰੀਜਨ ਕੀ ਹੈ, ਪੰਜਾਬੀ ਭਾਸ਼ਾ ਕਿੱਥੋਂ ਆਈ। ਪੰਜਾਬੀ ਭਾਸ਼ਾ ਦਾ ਜਿਹੜਾ ਓਰੀਜਨ ਹੈ, ਪੰਜਾਬੀ ਭਾਸ਼ਾ ਦਾ ਜਿਹੜਾ ਮੂਲ ਹੈ, ਉਹ ਸੰਸਕ੍ਰਿਤ ਭਾਸ਼ਾ ਨਾਲ ਜੁੜਿਆ ਜਾਂਦਾ। ਸੰਸਕ੍ਰਿਤ ਭਾਸ਼ਾ ਕਿਹੜੀ? ਵੈਦਿਕ ਭਾਸ਼ਾ, ਜਿਹੜੀ ਭਾਸ਼ਾ ਦੇ ਵਿੱਚ ਵੇਦ ਲਿਖੇ ਗਏ। ਦੇਖੋ ਵੈਦਿਕ ਭਾਸ਼ਾ, ਵੈਦਿਕ ਭਾਸ਼ਾ ਕਿਹੜੀ ਹੈ? ਸੰਸਕ੍ਰਿਤ। ਸੰਸਕ੍ਰਿਤ ਤੋਂ 5 ਪ੍ਰਾਕਿਰਤਾਂ ਚੱਲੀਆਂ। ਪੰਜ, ਔਰ ਇਹਨਾਂ 5 ਪ੍ਰਕਿਰਤਾਂ ਤੋਂ 5 ਅਪਭ੍ਰੰਸ਼ਾਂ ਬਣੀਆਂ। ਵੈਸੇ ਤਾਂ ਇਹਨਾਂ ਦੇ ਰੂਪ ਜ਼ਿਆਦਾ ਨੇ, ਪਰ ਜਿਹੜੇ ਵੀ ਆਪਣੇ ਕੋਲ ਅੱਜ ਦੀ ਡੇਟ 'ਚ ਨੋਨ ਨੇ, ਜਿਹੜੇ ਵੀ ਆਪਾਂ ਬਿਲਕੁਲ ਪੱਕੇ ਤੌਰ 'ਤੇ ਆਪਾਂ ਨੂੰ ਪਤਾ ਲੱਗ ਚੁੱਕੇ ਨੇ, ਆਪਾਂ ਉਹੀ ਪੜ੍ਹਦੇ ਹਾਂ। ਮੁੱਖ ਤੌਰ 'ਤੇ ਇਹਨਾਂ ਦੇ 5-5 ਰੂਪ ਹੈ। ਅਪਭ੍ਰੰਸ਼ਾਂ ਕੀ ਹੁੰਦੀਆਂ? ਕਿਸੇ ਵੀ ਭਾਸ਼ਾ ਦਾ ਜਿਹੜਾ ਵਿਗੜਿਆ ਹੋਇਆ ਰੂਪ ਹੋ ਜਾਂਦਾ, ਮਤਲਬ ਕਿ ਉਹਦੇ 'ਚ ਅਸ਼ੁੱਧੀਆਂ ਆ ਜਾਂਦੀਆਂ ਭਾਸ਼ਾ ਦੇ ਵਿੱਚ। ਜਿਸ ਤਰ੍ਹਾਂ ਫਾਰਸੀ, ਜਿੱਦਾਂ ਮੁਗਲ ਰਾਜਿਆਂ ਦੇ ਟਾਈਮ 'ਤੇ ਫਾਰਸੀ ਭਾਸ਼ਾ ਪੰਜਾਬ ਅਤੇ ਹਿੰਦੁਸਤਾਨ ਵਿੱਚ ਆਈ, ਪਰ ਪੰਜਾਬੀ ਅਤੇ ਹਿੰਦੀ ਨਾਲ ਰਲ ਕੇ ਉਹਨੇ ਇੱਕ ਨਵੀਂ ਲੈਂਗੁਏਜ ਨੂੰ ਜਨਮ ਦੇ ਤਾ, ਉਰਦੂ ਨੂੰ।
इस तरीके अपभ्रंशा दे विच्चों एक अपभ्रंश है क्या कहे टक्की, क्या कहे टक्की। जिहड़ी टक्की लैंग्वेज है ये मेनली टक कबीले वालों बोली जाती सी और इस कई टक्की तो ही 1000 ईस्वी या आप कह सकते हैं 11वीं सदी के नेड़े अपने कोले पंजाबी भाषा का जन्म होया। बाबा शेख फरीद जी के टाइम पर पंजाबी भाषा अपने शुद्ध रूप में आ चुकी सी। ये चीज़ तुसी नोट कर सकते हो, फिर आप फर्दर अगे मूव करते हैं। अगे शुरू करने तो पहला एक चीज़ मैं तुहानू होर दसदा, पंजाबी जिहड़ी सब तो ज़्यादा पाकिस्तान दे विच बोली जाती है, इंडिया दे विच 11वीं सारे नालों ज़्यादा बोली जाने वाली भाषा है, जदों कि कनेडा दे विच 5वीं सारे नालों ज़्यादा बोली जाने वाली भाषा है। हुण आपां पंजाबी दीआं उपबोलियां बारे पढ़ांगे। मुख तौर पर अपने कोल पंजाबी दीआं 7 उपबोलियां ने, आपां 7 नूं देखदे हां। सब तो पहला है माझी। माझा जिहड़ा वर्ड है ना, माझा वर्ड का मतलब हुंदा मिड, मतलब कि विचकार। जदों अनवंडिया पंजाब सीगा, जदों ईस्ट पंजाब जिहड़ा कि इंडिया दे विच आ और वैसट पंजाब जिहड़ा कि पाकिस्तान दे विच आ, जदों पंजाब एक सीगा उदों जिहड़ा अमृतसर गुरदासपुर वाला इलाका सीगा ये पंजाब दे विचकार पैंदा सीगा। इस करके जिहड़ी उस एरिए दे विच लैंग्वेज बोली जाती सी उह लैंग्वेज नूं माझी लैंग्वेज दे दित्ता गया। माझी ਕਿਹੜੇ ਕਿਹੜੇ ਏਰੀਏ 'ਚ ਬੋਲੀ ਜਾਂਦੀ ਹੈ? ਏਰੀਏ ਚੰਗੀ ਤਰ੍ਹਾਂ ਯਾਦ ਰੱਖਣੇ ਆ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਔਰ ਪਠਾਨਕੋਟ, ਇਹ 4। वैसे पाकिस्तान के पंजाब भी लाहौर एरिए माझी लैंग्वेज बोली जाती है, पर आप यही पढ़ा क्योंकि आप अपने पंजाब की गल कर रहे हैं। जिहड़े एरिए ने ये तुहानू मैं दोबारा भी दस दिया, एरिए चंगी तरह याद होने चाहिए, इतों डायरैक्ट क्वेश्चन अपने को पेपर के आता है। दूसरी है मलवई। मलवई सारे नालों ज़्यादा एरिया दे विच मलवई बोली जाती है। फिरोजपुर, फरीदकोट, लुधियाना, फाजिलका, मोगा, ਬਠਿੰਡਾ, ਮੁਕਤਸਰ, ਬਰਨਾਲਾ, ਮਾਨਸਾ ਔਰ ਸੰਗਰੂਰ, ਸੰਗਰੂਰ ਅਤੇ ਪਟਿਆਲੇ ਦਾ ਕੁਛ ਹਿੱਸਾ ਤੁਸੀਂ ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਤੀਸਰੀ ਉਪਬੋਲੀ ਦੇਖਦੇ ਹਾਂ ਪੁਆਧੀ। ਤੀਸਰੀ ਪਹਿਲਾਂ ਦੁਆਬੀ ਦੇਖਦੇ ਹਾਂ ਫਿਰ ਪੁਆਧੀ ਦੀ ਗੱਲ ਕਰਦੇ ਹਾਂ। ਦੁਆਬੀ ਜਿਹੜੀ ਆ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਇਸ ਏਰੀਏ ਦੇ ਵਿੱਚ ਦੁਆਬੀ ਬੋਲੀ ਜਾਂਦੀ ਹੈ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਸਕਰੀਨਸ਼ੋਟ ਲੈ ਸਕਦੇ ਹੋ।
चौथी है पुआधी। पुआधी जिहड़ी है रूपनगर यानी कि रोपड़ साहिबजादा अजीत सिंह नगर मोहाली ਅਤੇ ਪਟਿਆਲੇ ਦਾ ਪੂਰਬੀ ਹਿੱਸਾ। ਠੀਕ ਹੈ ਜੀ, ਨੋਟ ਕਰ ਸਕਦੇ ਹੋ ਤੁਸੀਂ। ਅਗਲੀ ਉਪਬੋਲੀ ਹੈ ਡੋਗਰੀ। ਪਹਿਲਾਂ ਮੈਂ ਤੁਹਾਨੂੰ ਏਰੀਆ ਦੱਸ ਦਿੰਦੇ, ਜੰਮੂ ਅਤੇ ਕਸ਼ਮੀਰ ਦਾ ਕੁਛ ਹਿੱਸਾ ਅਤੇ ਕਾਂਗੜਾ ਹਿਮਾਚਲ ਪ੍ਰਦੇਸ਼ ਦੇ ਵਿੱਚ। ਡੋਗਰੀ ਲੈਂਗੁਏਜ ਵੈਸੇ ਤਾਂ ਪੰਜਾਬੀ ਦੀ ਇੱਕ ਉਪਬੋਲੀ ਹੈ, ਪਰ ਕੁਛ ਸਮਾਂ ਪਹਿਲਾਂ ਇਹਨੂੰ ਜਿਹੜੀਆਂ 8th ਸ਼ਡਿਊਲ ਦੇ ਵਿੱਚ ਸੰਵਿਧਾਨ ਦੇ ਵਿੱਚ 8ਵੇਂ ਸ਼ਡਿਊਲ ਦੇ ਵਿੱਚ ਬਾਈ ਲੈਂਗੁਏਜ ਦੇ ਵਿੱਚ ਇਹਨੂੰ ਐਡ ਕਰ ਦਿੱਤਾ ਗਿਆ ਐਜ਼ ਅ ਡਿਫਰੈਂਟ ਲੈਂਗੁਏਜ। ਹੁਣ ਜਿਹੜੀਆਂ ਦੋ ਉਪਬੋਲੀਆਂ ਆਪਾਂ ਦੇਖਾਂਗੇ ਉਹ ਦੋ ਉਪਬੋਲੀਆਂ ਇੰਡੀਆ ਦੇ ਵਿੱਚ ਤਾਂ ਨਹੀਂ ਜ਼ਿਆਦਾ ਬੋਲੀਆਂ ਜਾਂਦੀਆਂ, ਪਰ ਪਾਕਿਸਤਾਨ ਦੇ ਵਿੱਚ ਜਿਹੜੀ ਮੈਜੋਰਿਟੀ ਹੈ ਉਹ ਉਹਨਾਂ ਦੋ ਉਪਬੋਲੀਆਂ ਨੂੰ ਬੋਲਣ ਵਾਲੀ ਹੈ। ਇਹਦੇ 'ਚੋਂ ਇੱਕ ਹੈ ਮੁਲਤਾਨੀ ਜਿਹੜੀ ਕਿ ਮੁਲਤਾਨ ਬਹਾਵਲਪੁਰ ਅਤੇ ਚੰਗ ਪਾਕਿਸਤਾਨ ਇਸ ਏਰੀਏ ਦੇ ਵਿੱਚ ਬੋਲੀ ਜਾਂਦੀ ਹੈ। ਔਰ ਸੱਤਵੀਂ ਹੈ ਪੋਠੋਹਾਰੀ, ਇਹ ਪਾਕਿਸਤਾਨ ਦੇ ਵਿੱਚ ਜੇਹਲਮ ਅਤੇ ਰਾਵਲਪਿੰਡੀ ਇਲਾਕੇ ਦੇ ਵਿੱਚ ਬੋਲੀ ਜਾਂਦੀ ਹੈ। ਮੁਲਤਾਨੀ ਲੈਂਗੁਏਜ ਤੋਂ ਅਕਸਰ ਹੀ ਐਗਜ਼ਾਮ ਦੇ ਵਿੱਚ ਕੁਸ਼ਚਨ ਆ ਜਾਂਦਾ, ਵੈਰੀ ਇੰਪੋਰਟੈਂਟ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬੀ ਵਿਆਕਰਨ ਦੇ ਬਾਰੇ ਵਿੱਚ। ਪੰਜਾਬੀ ਵਿਆਕਰਨ, ਵਿਆਕਰਨ ਦੀ ਲੋੜ ਕਿਉਂ ਹੈ? ਜਿਸ ਤਰ੍ਹਾਂ ਆਪਾਂ ਪੋਲੀਟੀ ਵਿੱਚ ਪੜ੍ਹਦੇ ਹਾਂ ਵੀ ਕਿਸੇ ਵੀ ਦੇਸ਼ ਨੂੰ ਚਲਾਉਣ ਲਈ ਆਪਾਂ ਕੋਲ ਸੰਵਿਧਾਨ ਦੀ ਜ਼ਰੂਰਤ ਹੁੰਦੀ ਹੈ, ਇੱਕ ਆਪਾਂ ਨੂੰ ਨਿਯਮ ਅਤੇ ਕਾਨੂੰਨ ਚਾਹੀਦੇ ਹੁੰਦੇ ਆ ਵੀ ਜਿਹੜਾ ਦੇਸ਼ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਤਰੀਕੇ ਨਾਲ ਜਿਹੜਾ ਭਾਸ਼ਾ ਦਾ ਸ਼ੁੱਧ ਰੂਪ ਬਣਾਏ ਰੱਖਣ ਲਈ, ਭਾਸ਼ਾ ਨੂੰ ਸਹੀ ਤਰ੍ਹਾਂ ਨਾਲ ਲਿਖਣ ਲਈ ਔਰ ਉਹਨੂੰ ਸਹੀ ਤਰੀਕਾਂ ਦਾ ਮਤਲਬ ਕਿ ਜਿਹਦਾ ਸਹੀ ਰੂਪ ਬਣਾਏ ਰੱਖਣ ਲਈ ਆਪਾਂ ਨੂੰ ਵਿਆਕਰਨ ਦੀ ਲੋੜ ਹੁੰਦੀ ਹੈ। ਵਿਆਕਰਨ ਕੀ ਹੈ? ਵਿਆਕਰਨ ਉਹਨਾਂ ਨਿਯਮਾਂ ਨੂੰ ਕਹਿੰਦੇ ਹਨ ਜਿਹੜੇ ਭਾਸ਼ਾ ਦਾ ਸ਼ੁੱਧ ਰੂਪ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਹੁਣ ਆਪਾਂ ਦੇਖਦੇ ਹਾਂ ਵਿਆਕਰਨ ਦੇ ਅੰਗ ਜਿਨ੍ਹਾਂ 'ਤੇ ਆਪਾਂ ਮੇਨਲੀ ਸਟੱਡੀ ਕਰਨੀ ਹੈ। ਵਿਆਕਰਨ ਦੇ ਪੰਜ ਅੰਗ ਨੇ, ਚਾਰ ਅੰਗ ਸੋਰੀ, ਧੁਨੀ, ਸ਼ਬਦ, ਵਾਕ ਅਤੇ ਅਰਥ। ਚਾਰ ਅੰਗ ਨੇ ਭਾਸ਼ਾ ਦੇ। ਧੁਨੀ ਬਾਰੇ ਆਪਾਂ ਜੋ ਵੀ ਪੜ੍ਹਾਂਗੇ, ਧੁਨੀ ਬੋਧ, ਸ਼ਬਦ ਬਾਰੇ ਆਪਾਂ ਜੋ ਵੀ ਪੜ੍ਹਾਂਗੇ,
शब्द बोध वाक बारे आपां जो भी पढ़ांगे, वाक बोध अते अर्थ बारे आपां जो भी पढ़ांगे उसनूं आपां अर्थ बोध कहांगे। शुरू करांगे आपां धुनि तों। धुनि की है? बोलण वेले उचारी जाण वाली छोटी तों छोटी जिहड़ी आवाज़ है उहनूं आपां धुनि कहिंदे आ। पहला आप डेफिनेशन लिख दें, बोलण वेले उचारी जाण वाली छोटी तो छोटी आवाज़ नूं धुनी कहिंदे हन। हुण धुनियां नूं दिखाण दे लई अपने कोले वक्खरे वक्खरे चिन्ह ने, उहनां चिन्हां नूं वर्ण कहिंदे आ, जिन्हां नूं आपां इंग्लिश दे विच लैटर्स कह दिंदे आ। जिवें कि त धुनी नूं उतार उचारण लई दिखाण लई पंजाबी विच लैटर है अपने कोले तत्ता, प धुनी नूं उचारण लई लैटर है पप्पा। इस तरीके नाल अपने कोल पंजाबी दे विच 35 लैटर ने। वर्ण प्लस लगा मात्रा, वर्ण एक नहीं सगो वर्णमाला, और वर्णमाला की है सारे वर्णा का समूह। वर्ण प्लस लगा मात्रा जो अपने को बन जाती है उस चीज़ को आप कहने लिपि। पंजाबी भाषा को लिखने लिए अपने को मुख्य तौर पर दो लिपियां ने, जिहड़ी कि आप यूज करते हैं वो है गुरमुखी लिपि, और जिहड़ी पाकिस्तान दे विच यूज़ की जाती है वो है शाहमुखी लिपि। जां इसे लिपि नूं ही नाम दूसरा है, लिपि दूसरी नहीं है, नस्तालिक लिपि। आ लिपि है जिहड़ी ये देवनागरी तो मतलब कि बनी है। जिहड़ी नस्तालिक लिपि है शाहमुखी लिपि है ये फारसी अरबी लिपि तो बनी। हुण नैक्सट लैक्चर दे विच आपां लिपि बारे थोड़ी जी होर गल करांगे, अते उस तो बाद धुनी दे जिहड़े होर अंग ने आपां उहनां बारे गल